ਸਭਾ ਚੋਣਾਂ ਬਾਰੇ ਜਿਹੜੀ ਲਾਸਟ ਸਰਕਾਰ ਹੈ, ਹਾਂਜੀ, ਬੀਜੇਪੀ ਦੀ ਮੋਦੀ ਸਰਕਾਰ, ਹਾਂਜੀ, ਅਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਬੀਜੇਪੀ ਸਰਕਾਰ ਠੀਕ ਆ ਜੀ, ਕੰਮ ਕੁਛ ਕੀਤੇ ਆ, ਪਰ ਜਿੰਨੇ ਵਾਅਦੇ ਕੀਤੇ ਹੋਏ ਸੀ ਇਹਨਾਂ ਨੇ ਉਨੇ ਪੂਰੇ ਉਤਰੇ ਨਹੀਂ ਹੈਗੇ, ਤੁਹਾਨੂੰ ਵੀ ਪਤਾ ਹੀ ਹੈ ਤਾਂ। ਹਾਂਜੀ, ਅਤੇ ਲੋਕ ਸਭਾ ਹੁਣ ਜਿਹੜੀ ਚੋਣਾਂ ਨੇ, ਹਾਂਜੀ, ਤੁਸੀਂ ਕਿਹੜੇ ਏਰੀਏ ਤੋਂ ਬਿਲੋਂਗ ਕਰਦੇ ਹੋ? ਮੈਂ ਫਤਿਹਾਬਾਦ ਹਰਿਆਣਾ ਜੀ। ਹਰਿਆਣੇ ਨੂੰ, ਅਤੇ ਹਰਿਆਣੇ ਤੋਂ ਜਿਹੜੇ ਵੀ ਤੁਹਾਡੇ ਕੈਂਡੀਡੇਟ ਨੇ ਉਹਨਾਂ ਨੂੰ ਕਿਹਨਾਂ ਮੁੱਦਿਆਂ ਨੂੰ ਲੈ ਕੇ ਵੋਟ ਦੇਣਾ ਚਾਹੋਗੇ? ਪਹਿਲੀ ਗੱਲ ਤਾਂ ਜੀ ਜਿਹੜੇ ਸੜਕਾਂ ਦਾ ਹੀ ਹੋ ਜਾਂਦਾ ਆਪਣੇ ਤਾਂ, ਵੀ ਹਾਂ ਰੋਡ ਸਹੀ ਹੋਣ, ਹੈ ਨਾ, ਫਿਰ ਉਦੋਂ ਬਾਅਦ 'ਚ ਕੰਮ ਕਾਰ ਵੀ ਕੀ ਕਰ ਰਹੇ ਨੇ ਇਹ, ਪਹਿਲਾਂ ਸਟੂਡੈਂਟਾਂ ਦਾ ਹੀ ਕੰਮ, ਫਿਰ ਪਿੰਡਾਂ ਦੇ ਕੰਮ, ਸਾਰੇ ਦੇਖਣੇ ਪੈਣੇ। ਰੁਜ਼ਗਾਰ ਬਾਰੇ ਕੁਛ? ਰੁਜ਼ਗਾਰ ਵੀ ਚਾਹੀਦਾ, ਹੁਣ ਸਟੂਡੈਂਟ ਸਾਰੇ ਜਿਹੜੇ ਪੜ੍ਹ ਪੜ੍ਹ ਕੇ ਵਿਹਲੇ ਡਿਗਰੀਆਂ ਕਰ ਕਰਕੇ ਘਰ ਬੈਠੀ ਜਾਂਦੇ ਆ, ਇਹਨਾਂ ਨੂੰ ਵੀ ਚਾਹੀਦਾ ਕੁਛ ਨਾ ਕੁਛ ਰੁਜ਼ਗਾਰ ਦੇਣ, ਚਾਹੇ ਪ੍ਰਾਈਵੇਟ ਦੇ ਤੌਰ 'ਤੇ ਦੇ ਦੇਣ। ਹੁਣ ਗੌਰਮੈਂਟ ਰੱਖ ਤਾਂ ਰਹੇ ਨੇ, ਪਰ ਰੱਖ ਇੰਨੇ ਜਿਹੜੇ ਸਟੂਡੈਂਟ ਡਿਗਰੀਆਂ ਕਰ ਕਰਕੇ ਜਿਹੜੇ ਵਿਹਲੇ ਬੈਠੇ ਨੇ ਉਹਨਾਂ ਦਾ। ਨੋਟਬੰਦੀ ਬਾਰੇ ਕੁਛ? ਨੋਟਬੰਦੀ ਜਦੋਂ ਕੀਤੀ ਠੀਕ ਸੀਗੀ, ਵੀ ਉਹ ਕਾਲਾ ਧਨ ਕਹਿੰਦੇ ਸੀ ਵਾਪਸ ਆਊਗਾ, ਪਰ ਮੈਨੂੰ ਲੱਗਦਾ ਨਹੀਂ ਵੀ ਆਇਆ ਹੋਊਗਾ ਹਜੇ ਤੱਕ। ਹਾਂਜੀ, ਠੀਕ ਹੈ ਜੀ। ਅਤੇ ਹੁਣ ਪ੍ਰੈਜੈਂਟ ਮਤਲਬ ਤੁਸੀਂ ਕਿਸ ਤਰ੍ਹਾਂ ਦੇ ਚਾਹੁੰਦੇ ਹੋ ਸਰਕਾਰ, ਮਤਲਬ ਕਿਵੇਂ ਕੀ ਕੰਮ ਹੋਣੇ ਚਾਹੀਦੇ ਨੇ ਮੇਨ? ਮੇਨ ਤਾਂ ਹੀ ਜਿਹੜਾ ਹੁਣ ਤੁਸੀਂ ਦੱਸੇ ਵੀ ਬੇਰੁਜ਼ਗਾਰ ਜਿਹੜੇ ਸਟੂਡੈਂਟ ਨੇ ਘਰ ਬੈਠੇ ਨੇ ਡਿਗਰੀਆਂ ਕਰਕੇ, ਉਹਨਾਂ ਨੂੰ ਵੀ ਰੁਜ਼ਗਾਰ ਮਿਲੇ। ਜੇ ਬੰਦਾ ਪੜ੍ਹ ਲੈਂਦਾ ਤਾਂ ਉਹਨੂੰ ਉਸ ਚੀਜ਼ ਦਾ ਮੁੱਲ ਨਹੀਂ ਮਿਲਦਾ, ਹੈ ਨਾ। ਉਹ ਆਪਣਾ ਜੇ ਹੁਣ ਤਨਖਾਹ ਕਰਤੀ ਹੈ 7500 ਰੁਪਈਆ, ਜਿਹੜਾ ਪਤਾ ਨਹੀਂ 9500 DC ਰੇਟ ਕਰਤਾ, ਹੈ ਨਾ, ਅਤੇ ਉਹ ਹੁਣ ਬੰਦਾ ਉਸ ਦੇ ਵਿੱਚ ਆਪਣੇ ਤੇਲ ਦਾ ਖਰਚਾ ਕੱਢੂਗਾ, ਆਪਣੇ ਬੱਚੇ ਪਾਲੂਗਾ, ਜਾਂ ਕੀ ਕਰੂਗਾ ਕਿ ਉਹ 9400 ਦੇ ਵਿੱਚ, ਹੈ ਨਾ। ਅਤੇ ਕਿਸੇ ਫੈਕਟਰੀ 'ਚ ਜੇ ਬੰਦਾ ਲੱਗਦਾ, ਹੁਣ ਜੇ ਕਿਸੇ ਨੇ PhD ਕੀਤੀ ਅਤੇ ਉਹਨੇ ਫੈਕਟਰੀ 'ਚ ਜਾ ਕੇ ਕੰਮ ਕਰਨਾ, ਅਤੇ ਅਗਲਾ ਕਹਿੰਦਾ ਮੈਂ ਬਾਹਰ ਤੁਰ ਜਾਂਦਾ, ਠੀਕ ਹੈ ਜੀ, ਕਿਉਂਕਿ ਉਹ ਬਾਹਰ ਉਹਨੂੰ ਵਧੀਆ ਆਮਦਨ ਹੋ ਰਹੀ ਹੈ। ਅਗਲਾ ਛੋਟੀ ਮੋਟੀ ਕੰਟਰੀ 'ਚ ਵੀ ਤੁਰ ਜੂਗਾ ਤਾਂ ਉਹਨੂੰ 40-50 ਹਜ਼ਾਰ ਤਾਂ ਫਿਰ ਵੀ ਵੱਧ ਜੂਗਾ। ਅੱਜ ਕੱਲ੍ਹ ਤੁਹਾਨੂੰ ਪਤਾ ਖਰਚੇ ਕਿੰਨੇ, ਮਹਿੰਗਾਈ ਕਿੰਨੀ ਵੱਧ ਚੁੱਕੀ ਹੈ। ਪ੍ਰੈਜੈਂਟ ਪੰਜਾਬ ਸਰਕਾਰ ਠੀਕ ਵੀ ਹੈ, ਨਹੀਂ ਵੀ ਠੀਕ ਕਹਿ ਸਕਦੇ ਹਾਂ, ਹੈ ਨਾ ਜੀ। ਜਿੰਨੀ ਚੱਕ ਤੇ ਵਾਦੇ, ਮਤਲਬ ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਇੱਦਾਂ ਕਰ ਦਾਂਗੇ, ਮਤਲਬ ਇੰਨਾ ਤਾਂ ਨਹੀਂ ਜਿੰਨਾ ਵਾਅਦੇ ਕਰਤੇ ਸੀ। ਮੈਂ ਕਹਿੰਦਾ ਥੋਕ 'ਚ ਵਾਅਦੇ ਕੀਤੇ ਸੀ, ਥੋਕ 'ਚ ਵੀ ਆਹ ਜੀਏ, ਆਹ ਜੀਏ, ਪਰ ਉਹ ਹੱਦ ਦੇ ਵਾਅਦੇ ਹੋਣੇ ਚਾਹੀਦੇ ਆ। ਬੀਜੇਪੀ ਬਾਰੇ ਲੋਕਾਂ ਨੇ ਨੌਲੇਜ ਸੀ, ਹੁਣ ਜਿਉਂ ਜਿਉਂ ਐਜੂਕੇਟ ਹੋ ਰਿਹਾ, ਜਾਂ ਜਿਉਂ ਜਿਉਂ ਲੋਕਾਂ ਦੇ ਵਿੱਚ ਵਿਚਰ ਰਿਹਾ ਮੰਤਰੀ, ਤਾਂ ਅਵੇਅਰ ਹੋ ਰਿਹਾ ਲੋਕ, ਜੀ ਉਹਨਾਂ ਦਾ ਵਧੀਆ ਕੰਮ ਆ ਜੀ। ਠੀਕ ਹੈ, ਪਟਿਆਲਾ ਲੋਕ ਸਭਾ, ਤੁਸੀਂ ਪਟਿਆਲਾ ਯੂਨੀਵਰਸਿਟੀ 'ਚ ਪੜ੍ਹਦੇ ਹੋ, ਪਟਿਆਲਾ ਲੋਕ ਸਭਾ ਸੀਟ ਬਾਰੇ ਪਤਾ ਕੀ ਤੁਹਾਨੂੰ? ਪਹਿਲਾਂ ਧਰਮਵੀਰ ਗਾਂਧੀ ਉਹਨਾਂ ਨੇ ਬੜੀ ਪਰਸਨਲ ਵਰਕ ਕੀਤੀ ਹੈ ਜੀ, ਵਧੀਆ ਜੀ, ਅਤੇ ਠੀਕ ਹੈ, ਬਹੁਤ ਬਹੁਤ ਧੰਨਵਾਦ। ਕੀ ਨਾਮ ਹੈ ਸਰ ਤੁਹਾਡਾ? ਰਘਵੀਰ। ਰਘਵੀਰ ਸਿੰਘ ਜੀ, ਕੀ ਕਰ ਰਹੇ ਹੋ ਤੁਸੀਂ? ਅਤੇ ਪ੍ਰੈਜੈਂਟ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ, ਉਸ ਵਿੱਚ ਤੁਸੀਂ ਕੀ ਮੇਨ ਮੁੱਦੇ ਮੰਨਦੇ ਹੋ ਜਿਹੜੇ ਹੋਣੇ ਚਾਹੀਦੇ ਨੇ? ਮੇਨ ਮੁੱਦੇ ਵੈਸੇ ਤਾਂ ਪਹਿਲਾਂ ਬਾਈ ਨੇ ਗੱਲ ਕਰੀ ਆ, ਅਨਇੰਪਲੋਇਮੈਂਟ ਦੀ, ਉਹ ਮੇਨ ਮੁੱਦਾ, ਬਾਕੀ ਐਜੂਕੇਸ਼ਨ ਜ਼ਿਆਦਾ, ਹੈਲਥ ਨੂੰ ਲੈ ਕੇ ਪੋਲਸੀਜ ਬਣਨੀਆਂ ਚਾਹੀਦੀਆਂ ਨੇ, ਕਿਉਂਕਿ ਜਿੰਨਾ ਚਿਰ ਸਾਡੀ ਹੈਲਥ ਨਹੀਂ ਬਿਲਕੁਲ ਸਹੀ ਹੈਗੀ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਹੈਲਥ ਨੂੰ ਲੈ ਕੇ ਪੋਲਸੀਜ ਬਣਨੀਆਂ ਚਾਹੀਦੀਆਂ ਨੇ, ਜਿਹਦੇ ਲਈ ਤਾਂ ਜ਼ਿਆਦਾ ਮੇਨ ਐਜੂਕੇਸ਼ਨ ਦੀ। ਅਤੇ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਹੋ? ਮੇਰਾ ਏਰੀਆ ਸੁਨਾਮ ਆ ਜੀ, ਸੰਗਰੂਰ ਡਿਸਟ੍ਰਿਕਟ, ਸੰਗਰੂਰ ਡਿਸਟ੍ਰਿਕਟ। ਅਤੇ ਸੰਗਰੂਰ ਡਿਸਟ੍ਰਿਕਟ ਤੋਂ ਭਗਵੰਤ ਮਾਨ ਜੀ ਨੇ, ਅਤੇ ਅਕਾਲੀ ਦਲ ਅਤੇ ਕਾਂਗਰਸ ਦਾ ਜੇ ਕੋਈ ਕੈਂਡੀਡੇਟ ਐਲਾਨ ਨਹੀਂ ਹੋਇਆ, ਅਤੇ ਕੀ ਮਤਲਬ ਉੱਥੇ ਦੀ ਡਿਵੈਲਪਮੈਂਟ ਬਾਰੇ ਗੱਲ ਕਰੋਗੇ? ਉੱਥੋਂ ਦੀ ਜੇ ਡਿਵੈਲਪਮੈਂਟ ਬਾਰੇ ਗੱਲ ਕਰੀਏ ਤਾਂ ਭਗਵੰਤ ਮਾਨ ਜੀ ਨੇ ਲਾਇਬ੍ਰੇਰੀਜ਼ ਬਣਾਈਆਂ ਨੇ ਕਾਫੀ ਪਿੰਡਾਂ ਦੇ ਵਿੱਚ, ਖਰਾਚੋ ਪਿੰਡ ਆ, ਉੱਥੇ ਲਾਇਬ੍ਰੇਰੀ ਬਣੀ ਹੈ, ਮਤਲਬ ਕਿ ਐਜੂਕੇਸ਼ਨ ਨੂੰ ਲੈ ਕੇ ਥੋੜ੍ਹਾ ਜਿਹਾ ਡਿਵੈਲਪਮੈਂਟ ਹੋਈ ਹੈ ਜੇ ਆਪਾਂ ਐਜੂਕੇਸ਼ਨ ਨੂੰ ਲੈ ਕੇ ਦੇਖੀਏ, ਪਰ ਹੈਲਥ ਨੂੰ ਲੈ ਕੇ ਤਾਂ ਹਸਪਤਾਲ ਦਾ ਵੀ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਸੰਗਰੂਰ ਦਾ ਹਸਪਤਾਲ ਲੈ ਲਈਏ ਜਾਂ ਸੁਨਾਮ ਦਾ ਸਿਵਲ ਹਸਪਤਾਲ ਲੈ ਲਈਏ ਤਾਂ ਵੀ ਬਹੁਤਾ ਸੁਧਾਰ ਨਹੀਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਤੁਸੀਂ, ਅਤੇ ਪਟਿਆਲਾ ਲੋਕ ਸਭਾ ਹਲਕੇ ਬਾਰੇ ਕੁਛ?
ਪਟਿਆਲਾ ਲੋਕ ਸਭਾ ਹਲਕੇ ਬਾਰੇ ਬਾਈ ਪਹਿਲਾਂ ਬੋਲ ਕੇ ਹਟਿਆ, ਧਰਮਵੀਰ ਗਾਂਧੀ ਬਾਰੇ, ਅਤੇ ਉਹ ਬਹੁਤ ਚੰਗੇ ਇਨਸਾਨ ਨੇ, ਐਜ ਏ ਪੋਲੀਟੀਸ਼ੀਅਨ ਤੋਂ ਇਲਾਵਾ ਬਹੁਤ ਚੰਗੇ ਇਨਸਾਨ ਨੇ, ਜਿਨ੍ਹਾਂ ਨੇ ਸੋਸ਼ਲ ਵਰਕ ਨੂੰ ਲੈ ਕੇ ਜਾਂ ਸਕੂਲ ਨੂੰ ਲੈ ਕੇ, ਸਕੂਲ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਨੂੰ ਲੈ ਕੇ ਬਹੁਤ ਕੰਮ ਕੀਤਾ, ਉਹ ਆਪਾਂ ਲਗਭਗ ਫੇਸਬੁੱਕ 'ਤੇ ਉਹਨੂੰ ਦੇਖੀ। ਥੈਂਕ ਯੂ। ਓਕੇ ਜੀ, ਮੇਰਾ ਨਾਮ ਗੁਰਦੀਪ ਭਾਈ, ਗੁਰਦੀਪ ਸਿੰਘ ਜੀ। ਹਾਂਜੀ, ਮੈਂ ਫਿਲ ਕੰਪਲੀਟ ਹੋ ਗਈ ਸਰ, ਹੁਣ ਅੱਗੇ ਜੀ। ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਤੁਹਾਨੂੰ ਪਤਾ। ਹਾਂਜੀ। ਅਤੇ ਇਸ ਰਿਗਾਰਡਿੰਗ ਤੁਸੀਂ ਕੀ ਚਾਹੁੰਦੇ ਹੋ, ਮਤਲਬ ਜਿਹੜੀ ਆਉਣ ਵਾਲੀ ਸਰਕਾਰ ਹੈ, ਹਾਂਜੀ, ਉਹ ਮਤਲਬ ਕਿਵੇਂ ਤੁਹਾਨੂੰ ਲੱਗਦਾ ਵੀ ਕੀ ਕੰਮ ਕਰਨੇ ਚਾਹੀਦੇ? ਜੇ ਮੇਰੇ ਆਪਣੇ ਵਿਊਜ਼ ਦੇਖੋ, ਜਿਵੇਂ ਪਿਛਲੀਆਂ ਆਪਾਂ ਮੈਨੂੰ ਸੁਰਤਾ ਵੀ ਕਾਂਗਰਸ ਦੀ ਵੀ ਮੈਂ ਦੇਖੀ ਆ, ਪ੍ਰਧਾਨ ਮੰਤਰੀ ਨੂੰ ਮਨਮੋਹਨ ਸਿੰਘ ਦੀ ਵੀ ਦੇਖੀ ਆ ਅਤੇ ਇਹਦੀ ਵੀ ਦੇਖ ਲਈ ਚੰਗੀ ਤਰ੍ਹਾਂ ਹੰਡਾਲੀ, ਪਰ ਕੀ ਇਹਦੀ ਫਿਰਕਾ ਪ੍ਰਸਤੀ ਦੀ ਜਿਹੜੀ ਰਾਜਨੀਤੀ ਆ, ਮੁਸਲਿਮ ਹਿੰਦੂ ਦੀ, ਇਹ ਨਹੀਂ ਹੋਣੀ ਚਾਹੀਦੀ। ਅਸਲੀ ਮੁੱਦੇ ਕੀ ਨੇ? ਐਜੂਕੇਸ਼ਨ ਆ, ਹੈਲਥ ਆ, ਉਹ ਮੁੱਦਿਆਂ ਦੀ ਤਾਂ ਕੋਈ ਗੱਲ ਨਹੀਂ ਹੁੰਦੀ। ਲੈ ਕੇ ਕੀ ਆ? ਪਾਕਿਸਤਾਨ ਦਾ ਡਿਸਪਿਊਟ, ਹਿੰਦੂ ਮੁਸਲਿਮ ਦਾ ਡਿਸਪਿਊਟ, ਇਹ ਮੁੱਦੇ ਖੜ੍ਹੇ ਕਰੇ ਜਾਂਦੇ। ਮੈਂ ਚਾਹੁੰਦਾ ਵੀ ਇੱਦਾਂ ਦਾ ਕੋਈ ਨਾ ਹੋਵੇ, ਸੋਸ਼ਲ ਇਸ਼ੂ 'ਤੇ ਦੇਖਿਆ ਜਾਵੇ, ਸੋਸ਼ਲ ਇਸ਼ੂ ਕੀ ਨੇ, ਉਹਨਾਂ ਨੂੰ ਲੈ ਕੇ ਕੰਮ ਕੀਤੇ ਜਾਣ, ਉਹਨਾਂ ਨੂੰ ਲੈ ਕੇ ਮੈਨੀਫੈਸਟੋ ਬਣਾਏ। ਉਹਨੇ ਇੱਕ ਇੱਕ ਆਨਾ ਲਾਇਆ ਮੇਰੇ ਘਰਾਚੋ ਪਿੰਡ ਦੇ ਵਿੱਚ, ਸੋਸ਼ਲ ਵੈਲਫੇਅਰ ਦੇ ਲਈ ਜਿਵੇਂ ਲਾਇਬ੍ਰੇਰੀ ਆ ਅਤੇ RO ਦਾ ਪ੍ਰਬੰਧ ਆ, ਕੁਛ ਇੱਦਾਂ ਦੇ ਉਹਨੇ ਇੰਸਟੀਟਿਊਸ਼ਨ ਬਣਾਤੇ, ਬਿਲਡਿੰਗਸ ਬਣ ਗਈ, ਉਹ ਇੱਦਾਂ ਦਾ ਜਿੱਥੇ ਜਿੱਥੇ ਪੋਸੀਬਲ ਹੈਗਾ ਜੀ ਉਹਨੇ ਕੰਮ ਕਰਿਆ। ਅੱਜ ਤੱਕ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਜਿੰਨੀ ਕੁ ਮੇਰੀ ਏਜ ਆ ਮੈਂ ਦੇਖਿਆ ਵੀ ਕਿਸੇ MP ਨੇ ਜਾਂ MLA ਨੇ ਕੰਮ ਕਰਿਆ। ਵੈਸੇ ਤਾਂ ਸ਼ਾਇਦ ਗਾਂਧੀ ਰਾਏ ਜੀ, ਇਹ ਸੋਸ਼ਲ ਵੈਲਫੇਅਰ ਦੇ ਕੰਮ ਵੀ ਨੇ, ਫੇਸਬੁੱਕ 'ਤੇ ਅਕਸਰ ਦੇਖਦੇ ਆ, ਊਂ ਵੀ ਉਹਦੇ ਬਾਰੇ ਗੱਲਾਂ ਸੁਣੀ ਦੀਆਂ ਨੇ, ਸ਼ਾਇਦ ਠੀਕ ਹੈ ਇਹਨਾਂ ਨਾਲੋਂ ਬੈਟਰ ਹੋਊਗਾ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਪ੍ਰਦੀਪ ਸਿੰਘ ਹੈ ਜੀ, ਕਰਿਆ, ਅਤੇ ਮੈਂ ਯੂਨੀਵਰਸਿਟੀ ਦੇ ਵਿੱਚ WMA ਕਰ ਰਿਹਾ। ਹਾਂਜੀ, ਅਤੇ ਮੇਰਾ ਲੋਕ ਸਭਾ ਸੀਟ ਹੈ ਜਿਹੜੀ ਬਠਿੰਡਾ, ਉੱਦਾਂ ਡਿਸਟ੍ਰਿਕਟ ਮਾਨਸਾ ਕੁੱਲਾ ਡਾਲ ਕੇ ਤੋਂ, ਅਤੇ ਯੂਨੀਵਰਸਿਟੀ ਦੇ ਵਿੱਚ ਮੈਂ ਉਸ ਔਰਗਨਾਈਜੇਸ਼ਨ ਸਾਡੀ ਯੂਨੀਵਰਸਿਟੀ ਦੀ, ਅਤੇ ਉਦੋਂ ਮੈਂ ਯੂਨੀਵਰਸਿਟੀ ਇੰਚਾਰਜ ਹਾਂ। ਪ੍ਰੈਜੈਂਟ ਜਿਹੜੀ ਲੋਕ ਸਭਾ ਚੋਣਾਂ ਨੇ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹੜੇ ਅਹਿਮ ਮੁੱਦੇ ਹੋਣੇ ਚਾਹੀਦੇ? ਮੈਨੂੰ ਲੱਗਦਾ ਸਭ ਤੋਂ ਵੱਡਾ ਜਿਹੜਾ ਅਹਿਮ ਮੁੱਦਾ ਹੈ ਪੰਜਾਬ ਦੀ ਪੋਲੀਟਿਕਸ ਹੈ ਜਿਹੜੀ ਪਰਿਵਾਰਵਾਦ, ਹੈ ਨਾ, ਪਰਿਵਾਰਵਾਦ। ਜੇ ਦੇਖੀਏ ਤਾਂ ਕਾਂਗਰਸ ਦਾ ਕੈਪਟਨ ਸਾਹਿਬ ਆ ਗਏ ਅਤੇ ਅਕਾਲੀਆਂ ਦਾ ਦੇਖੇ ਬਾਦਲ ਸਾਹਿਬ ਆ ਗਏ, ਅਤੇ ਸਭ ਤੋਂ ਪਹਿਲਾਂ ਤਾਂ ਇਹ ਦੋ ਪਰਿਵਾਰਾਂ ਨੂੰ ਖਤਮ ਕਰਨ ਦਾ ਜਿਹੜਾ ਜ਼ਰੂਰੀ ਹੈ, ਤਾਂ ਜਿਹੜੇ ਆਮ ਜਿਹੜੇ ਲੀਡਰ ਨੇ, ਜੇ ਆਪਾਂ ਗੱਲ ਕਰੀਏ ਆਪਣਾ ਬਲਜੀਤ ਸਿੰਘ ਨਾਗਰਾ ਹੈਗੇ ਆ, ਗਾਂਧੀ ਸਾਹਿਬ ਨਵੇਂ ਆਏ ਆ, ਤਾਂ ਜਿਹੜੇ ਨਵੇਂ ਲੀਡਰ ਨੇ ਉਹ ਹੇਠਲੇ ਲੈਵਲ ਤੱਕ ਜਾ ਕੇ ਕੰਮ ਕਰਦੇ ਆ, ਕਿਉਂ ਹੋਰ ਆਉਣਗੇ ਤਾਂ ਬਹੁਤ ਵਧੀਆ ਰਹੂਗਾ, ਮੇਨ ਮੁੱਦਾ ਤਾਂ ਇਹ ਹੈ। ਅਤੇ ਸੈਕਿੰਡ ਹੈ ਜਿਹੜੇ ਹੈਗੇ ਆ, ਹੈਲਥ ਹੈਗੀ, ਐਜੂਕੇਸ਼ਨ ਹੈਗੀ ਆ, ਅਤੇ ਦੋਨੇ ਜੇ ਵਧੀਆ ਰਹਿਣਗੇ ਤਾਂ ਬਹੁਤ ਵਧੀਆ ਰਹੂਗਾ, ਕਿਉਂਕਿ ਜੇ ਆਪਾਂ ਦੇਖੀਏ ਦਿੱਲੀ ਦੀ ਗੱਲ ਕਰੀਏ ਤਾਂ ਕੇਜਰੀਵਾਲ ਸਾਹਿਬ ਨੇ ਬਹੁਤ ਚੰਗੇ ਕੰਮ ਹੈ, ਉਹਨਾਂ ਨੇ ਫਸਟ ਕੀ ਹੈ ਐਜੂਕੇਸ਼ਨ ਅਤੇ ਹੈਲਥ ਨੂੰ ਹੀ ਰੱਖਿਆ, ਅਤੇ ਅੱਗੇ ਉਸ ਤੋਂ ਬਾਅਦ ਜੇ ਅਸੀਂ ਹੈਲਥ ਅਤੇ ਐਜੂਕੇਸ਼ਨ ਪ੍ਰਤੀ ਬਿਲਕੁਲ ਸਹੀ ਹਾਂ, ਤਾਂ ਹੀ ਆਪਾਂ ਹੋਰ ਜਿਹੜੇ ਕੰਮ ਹੈ ਉਹਨਾਂ ਬਾਰੇ ਸੋਚ ਸਕਦੇ। ਅਤੇ ਪ੍ਰੈਜੈਂਟ ਮਤਲਬ ਜਿਹੜੀ ਹੁਣ ਲੋਕ ਸਭਾ ਇਲੈਕਸ਼ਨ ਹੋਣੀ ਹੈ, ਹਾਂਜੀ, ਲਾਸਟ ਈਅਰ ਦੀ ਜਿਹੜੀ ਸਰਕਾਰ ਰਹੀ ਹੈ ਆਪਣੀ, ਪਿਛਲੀ ਸਰਕਾਰ ਹੈ BJP ਦੀ, ਉਹਦੇ ਪ੍ਰਤੀ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ? ਸਰਕਾਰ ਤਾਂ ਦੇਖੋ ਉਹਨਾਂ ਨੇ ਇੱਕ ਦੋ ਸਟੈਪ ਲਿੱਤੇ ਨੇ ਜੋ ਕ੍ਰੂਸ਼ਲ ਸਟੈਪ ਸੀ ਇੰਡੀਅਨ ਇਕਨੋਮੀ ਦੇ ਲਈ, ਇੰਡੀਅਨ ਹਿਸਟਰੀ ਦੇ, ਜਿਵੇਂ ਡੀਮੋਨਟਾਈਜੇਸ਼ਨ, ਨੋਟਬੰਦੀ, ਪਰ ਅਲਟੀਮੇਟਲੀ ਦਾ ਰਿਜ਼ਲਟ ਇੰਨਾ ਫਰੂਟਫੁੱਲ ਨਹੀਂ ਹੈਗਾ, ਵਧੀਆ ਨਹੀਂ ਹੈ ਰਿਜ਼ਲਟ। ਤਾਂ ਜੋ ਮੈਂ ਐਕਸਪੈਕਟੇਸ਼ਨ ਸੀ ਮੇਰੀ ਕਿ ਸਭ ਦੀ ਸੀਗੀ, ਜਿਵੇਂ ਆਪਾਂ ਗੱਲਾਂ ਕਰਦੇ ਸੀ ਜੇ ਨੋਟਬੰਦੀ ਹੋ ਜਾਏ, ਬਲੈਕ ਪੈਸਾ ਆ ਜੂਗਾ ਬਾਹਰ, ਪਰ ਆਉਣ ਦੇ ਸਭ ਕੁਝ ਹੋਣ ਦੇ ਬਾਵਜੂਦ ਵੀ ਇੱਦਾਂ ਦੀ ਡਿਵੈਲਪਮੈਂਟ ਨਹੀਂ ਹੋਈ, ਕੋਈ ਉਹਨਾਂ ਨੇ ਡਾਟਾ ਨਹੀਂ ਰੀਪ੍ਰਜੈਂਟ ਕੀਤਾ ਪਬਲਿਕ ਨੂੰ ਕਿ ਸਾਡੇ ਕੋਲ ਇੰਨੇ ਪੁਰਾਣੇ ਨੋਟ ਆ ਗਏ ਜੇ ਆ, ਅਤੇ ਹੋਰ ਵੀ ਉਹਨਾਂ ਨੇ ਦੋ ਤਿੰਨ ਚੇਂਜਸ ਕੀਤੀਆਂ ਆਪਣਾ ਕੋਨਸਟੀਟਿਊਸ਼ਨ ਦੇ ਵਿੱਚ। ਮੈਂ ਜ਼ਿਆਦਾ ਨੰਬਰ ਤਾਂ ਨਹੀਂ ਦਊਂਗਾ, ਪਰ ਇੰਨਾ ਬੁਰਾ ਵੀ ਨਹੀਂ ਕਹਿ ਮੈਂ ਸਰਕਾਰ ਦੇ। ਠੀਕ ਹੈ। ਹਾਂਜੀ, ਉਹਨਾਂ ਨੇ ਵਾਅਦੇ ਕੀਤੇ ਸੀ ਨੌਕਰੀਆਂ ਦੇ, ਦੇਖੋ ਨੌਕਰੀਆਂ ਜਿਹੜਾ ਨਾ ਇਹ ਸਾਲ ਆਮ ਜੀ ਗੱਲ ਆ ਵੀ ਸੀ, ਮੈਂ ਵੀ ਫਿਰ ਚਲਾ ਜਾਵਾਂ ਸਰਕਾਰ 'ਚ, ਇਹ ਕੋਮਨ ਜੀ ਗੱਲ ਆ ਕਿ ਨੌਕਰੀ ਦੇਵਾਂਗੇ, ਰੋਜ਼ਗਾਰ ਵੱਧ ਤੋਂ ਵੱਧ ਹੋਏਗਾ, ਡਿਵੈਲਪਮੈਂਟ ਹੋਏਗਾ। ਮਤਲਬ ਤੁਸੀਂ ਤੁਹਾਡੇ ਕਹਿੰਦਾ ਉਹਦੇ ਇੱਕ ਚਾਂਸ ਸੀ, ਪੈਟ ਡਾਇਲੌਗ ਨੇ, ਪੈਟ ਡਾਇਲੌਗ ਆ, ਪੈਟ ਡਾਇਲੌਗ ਮਤਲਬ ਦੈਟਸ ਦਾ ਜੁਮਲਾ, ਹਾਂ, ਜੁਮਲਾ ਕਹਿ ਸਕਦੇ, ਜੁਮਲਾ ਨੈਚਰ ਨਹੀਂ, ਆਪਾਂ ਜੁਮਲੇ 'ਚ ਫਸਦੇ ਨਹੀਂ ਆ, ਪਰ ਜਿਹੜੀ
ਇੰਡੀਅਨ ਪੀਪਲ ਨੇ ਉਹ ਜੁਮਲੇ ਨੂੰ ਬੜਾ ਪਸੰਦ ਵੀ ਕਰਦੇ ਨੇ, ਜਦੋਂ ਬੰਦਾ ਝੂਠ ਬੋਲੂਗਾ ਨਾ ਹਿੱਕ ਤਾਣ ਕੇ ਉਹਨੂੰ ਪਸੰਦ ਕਰੇ। ਇਹ ਸਵਿਟਜ਼ਰਲੈਂਡ ਜਾਂ ਹੋਰ ਕੰਟਰੀ ਪੰਜਾਬ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਹਾਲ ਤੱਕ ਸਹੀ ਕਰ ਰਹੀ ਹੈ। ਹੁਣ ਲੋਕ ਕਹਿੰਦੇ ਨੇ ਸਾਨੂੰ ਮੋਬਾਈਲ ਦੇ ਦਿਓ ਦੁਬਾਰਾ, ਤੁਸੀਂ ਮੋਬਾਈਲ ਨਹੀਂ, ਸਿਰਫ ਜੇ ਕੰਸਨਟ੍ਰੇਸ਼ਨ ਕੀਤੀ ਜਾਣੀ ਚਾਹੀਦੀ ਹੈ ਕਿਸੇ ਵੀ ਗਵਰਨਮੈਂਟ ਨੂੰ, ਨੋਟ ਫੋਰ ਇੰਡੀਅਨ ਨੋਟ ਫੋਰ ਸਟੇਟ, ਕਿਸੇ ਵੀ ਗਵਰਨਮੈਂਟ ਨੂੰ, ਉਹਨੂੰ ਹੈਲਥ ਅਤੇ ਸੈਕਿੰਡ ਐਜੂਕੇਸ਼ਨ, ਤੁਸੀਂ ਵੀ ਇਸ ਚੀਜ਼ ਨੂੰ ਮੰਨਦੇ ਹੋਵੋਗੇ। ਹੁਣ ਆਪਣਾ ਮੋਬਾਈਲ ਲੈ ਕੇ ਕੀ ਫਾਇਦਾ ਜਿਹੜਾ ਆਪਣੀ ਹੈਲਥ ਨਹੀਂ ਸਹੀ ਹੈ, ਪਾਣੀ ਨਹੀਂ ਵਧੀਆ ਹੈ, ਐਜੂਕੇਸ਼ਨ ਨਹੀਂ ਆਪਣੀ ਵਧੀਆ ਹੈ, ਆਪਣੇ ਮੋਬਾਈਲ ਲੈ ਕੇ ਵੀ ਕੀ ਕਰਨਾ? ਰਹੀ ਗੱਲ ਰੋਜ਼ਗਾਰ ਦੀ, ਰੋਜ਼ਗਾਰ ਹਰ ਇੱਕ ਨੂੰ ਨਹੀਂ ਮਿਲ ਸਕਦਾ, ਆਪਾਂ ਸਾਰੇ ਕੋਈ ਸਰਕਾਰੀ ਨੌਕਰੀ ਵਾਲੇ ਨਹੀਂ, ਫਿਰ ਵੀ ਆਪਾਂ ਚੰਗੇ ਕੱਪੜੇ ਮੈਂ ਖੜੇ ਨੇ, ਪਰ ਕੋਈ ਨਾ ਕੋਈ ਕੰਮ ਕਰਦੇ ਹੋਊਗਾ, ਕੁਛ ਆਪਣਾ ਵੀ ਸੋਚਣਾ ਪੈਂਦਾ ਨਾ। ਹੁਣ ਸੜਕਾਂ ਦੇਖ ਲਓ, ਲੋਕ ਟੈਲਾਂ ਦੇਖ ਲਓ, ਹਰ ਇੱਕ ਚੀਜ਼ ਤੁਸੀਂ ਆਪੇ ਦੇਖ ਸਕਦੇ, ਉਹਦੇ ਵਿੱਚ ਕੋਈ ਕਹਿਣ ਤਾਂ ਗੱਲ ਨਹੀਂ, ਬੰਦਾ ਆਪ ਹੀ ਕਰ ਸਕਦਾ। ਤੁਹਾਡੇ ਨਾਲ ਹੀ ਭਰਾ ਖੜੇ ਨੇ, ਉਹਨੇ ਕਿਹਾ ਪਾਸਪੋਰਟ ਆਫਿਸ ਆਇਆ। ਹਾਂਜੀ ਹਾਂ, ਮਤਲਬ ਮੈਡਮ ਪ੍ਰਨੀਤ ਕੌਰ ਜੀ MP ਰਹੇ ਨੇ ਅਤੇ ਵਿਦੇਸ਼ ਰਾਜ ਮੰਤਰੀ ਵੀ ਰਹੇ ਨੇ, ਹਾਂਜੀ, ਉਸ ਸਮੇਂ ਨਹੀਂ ਆਇਆ, ਹੁਣ ਕਿਉਂ ਆਇਆ? ਉਸ ਸਮੇਂ ਤਾਂ ਪਹਿਲਾਂ ਆਏ ਚੰਡੀਗੜ੍ਹ ਸੀ ਆਪਣੇ ਦਾ ਇਕੱਲਾ, ਇਹ ਹੋਰ ਤਾਂ ਕਿਤੇ ਹੈ ਹੀ ਨਹੀਂ ਸੀ। ਅੱਜ ਤੋਂ 15 ਸਾਲ ਪਹਿਲਾਂ, 5 ਸਾਲ ਪਹਿਲਾਂ ਤਾਂ ਗਾਂਧੀ ਸਾਹਿਬ ਲੈ ਕੇ ਆਏ ਨੇ, ਚਲੋ ਉਹਨਾਂ ਦੀ ਗੱਲ ਠੀਕ ਹੈ, ਲੈ ਕੇ ਆਏ ਨੇ, ਕੰਮ ਕੀਤੇ ਨੇ, ਅਸੀਂ ਇਹ ਨਹੀਂ ਕਹਿੰਦੇ ਕੰਮ ਨਹੀਂ ਕੀਤਾ, ਕੰਮ ਕੀਤੇ ਨੇ, ਪਰ ਜਿੰਨੀ ਹੈ ਸੀ ਉਹਨੇ ਨਹੀਂ ਕੀਤੇ। ਜਿਵੇਂ ਇਹਨਾਂ ਨੂੰ ਵੋਟ ਪਈ ਆ, ਠੀਕ ਨਹੀਂ ਪਈ ਆ, ਇੰਨੇ ਸੁਝਾਅ ਦੇ ਨਾਲ ਵੋਟ ਪਈ ਆ ਇਹਨਾਂ ਨੂੰ, ਪਰ ਉਸ ਲੈਵਲ 'ਤੇ ਕੰਮ ਨਹੀਂ ਕੀਤੇ। 4 ਸਾਲ ਹੋ ਗਏ ਇਹ ਪਿੰਡਾਂ ਦੇ ਵਿੱਚ ਨਹੀਂ ਗਏ ਕਦੇ, ਕਿਹੜੇ ਪਿੰਡ ਦੇ ਵਿੱਚ ਗਏ ਨੇ, ਹੁਣ ਵੋਟਾਂ ਦੇ ਨੇੜੇ ਆ ਗਏ, ਹੁਣ ਸਕੂਲਾਂ 'ਚ ਵੀ ਜਾ ਰਹੇ ਨੇ, ਹਰ ਇੱਕ ਘਰਾਂ 'ਚ ਜਾ ਰਹੇ ਨੇ। 4 ਸਾਲ ਪਹਿਲਾਂ ਵੀ ਜਾਣਾ ਸੀ ਸੀਗੇ ਨਾ, ਮਹਾਰਾਣੀ ਸਾਹਿਬ ਹਰ ਇੱਕ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਨਾਲ ਜਾ ਕੇ ਖੜਦੇ ਨੇ। ਅੱਛਾ ਜੀ, ਦੁੱਖ ਸੁੱਖ ਤੋਂ ਵਧੀਆ ਲੱਗਿਆ ਤੁਹਾਡੀ ਗੱਲ, ਦੁੱਖ ਸੁੱਖ ਵਾਲੀ। ਹਾਂਜੀ ਹਾਂ, ਮਤਲਬ ਅੱਜ ਦੇ ਕੋਈ ਲੀਡਰ ਜਾਏ ਨਾ ਜਾਏ, ਮਹਾਰਾਣੀ ਸਾਹਿਬ ਜ਼ਰੂਰ ਜਾਂਦੇ ਨੇ ਹਰ ਇੱਕ। ਸਰ ਕੁਛ ਸਮਝ ਨਹੀਂ ਆ ਰਹੀ ਵੀ ਕਰੀਏ ਕਿ ਸਾਰੀ ਨੌਜਵਾਨ ਤਬਕਾ ਉਲਝਿਆ ਹੀ ਹੋਇਆ, ਮਤਲਬ ਹੁਣ ਦੇਖੋ ਇਹ ਸਾਰੇ ਇੱਕ ਦੂਜੇ ਦੇ, ਵੈਸੇ ਤਾਂ ਇਕੱਠੇ ਹੀ ਨੇ ਇਹ, ਕੋਈ ਫਰਕ ਨਹੀਂ ਹੈ, ਮਤਲਬ ਕੋਈ ਵੀ ਭੇਦ ਨਹੀਂ ਹੈ ਕੁੱਲ ਮਿਲਾ ਕੇ, ਆਪਾਂ ਦੇਖ ਹੀ ਰਹੇ ਜੀ ਰੋਜ਼ ਸੋਸ਼ਲ ਮੀਡੀਆ ਰਾਹੀਂ ਕਹਿ ਲਓ ਜਾਂ TV 'ਚ ਕਹਿ ਲਓ, ਹੈ ਨਾ। ਮਤਲਬ ਨੌਜਵਾਨ ਜੇ ਦੇਖਿਆ ਜਾਏ ਜੋ ਮੇਰੀ ਰਾਇ ਹੈ ਵੀ ਉਲਝਿਆ ਹੀ ਹੋਇਆ। ਅਤੇ ਡਾਕਟਰ ਧਰਮਵੀਰ ਗਾਂਧੀ ਜੀ ਨੇ ਪ੍ਰੈਜ਼ੀਡੈਂਟ ਪੁੱਛਦੇ ਵੀ ਕਿੱਧਰ ਪਾਈਏ ਵੋਟ, ਹੈ ਨਾ, ਰਾਇ ਤਾਂ ਲੈਣੀ ਹੁੰਦੀ ਹੈ ਨਾ, ਵੀ ਕਿੱਧਰ ਜ਼ੋਰ ਹੈ, ਤਾਂ ਕੋਈ ਖਾਸ ਵਧੀਆ ਰਿਸਪੋਂਸ ਮਿਲਦਾ ਨਹੀਂ ਕਿਸੇ ਵੱਲੋਂ। ਡਾਕਟਰ ਧਰਮਵੀਰ ਗਾਂਧੀ ਜਿਹੜੇ ਉਰੇ ਲਾਸਟ ਆਪਣੇ MP ਰਹੇ ਨੇ, ਹਾਂਜੀ, ਅਤੇ ਉਹਨਾਂ ਦੁਆਰਾ ਦਾਅਵਾ ਵੀ ਕੀਤਾ ਜਾਂਦਾ ਵੀ ਮੈਂ ਪਟਿਆਲੇ ਵਾਸਤੇ ਬਹੁਤ ਕੰਮ ਕੀਤੇ ਨੇ ਔਰ ਦਿਖਦੇ ਵੀ ਨੇ ਕੰਮ ਕੀਤੇ, ਅਤੇ ਉਸ ਰਿਗਾਰਡਿੰਗ ਤੁਸੀਂ ਮਤਲਬ ਤੁਹਾਨੂੰ ਲੱਗਦਾ ਕੁਛ ਵੀ ਹਾਂ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿਵੇਂ? ਨਹੀਂ ਦੇਖੋ ਕੁਛ ਹੱਦ ਤੱਕ ਆਪਾਂ ਠੀਕ ਕਹਿ ਸਕਦੇ ਹਾਂ ਨਾ, ਪਰ ਆਏ ਵੀ ਜਿਵੇਂ ਹੁਣ ਉਹਨਾਂ ਨੇ ਪਾਰਟੀ ਚੇਂਜ ਕਰ ਲਈ ਇੱਥੇ ਆ ਕੇ, ਥੋੜ੍ਹਾ ਜਿਹਾ ਐਵੇਂ ਵੀ ਲੱਗਦਾ ਵੀ ਜਿਵੇਂ ਹੁਣ ਉਹਨਾਂ ਨੂੰ ਉਸ ਪਾਰਟੀ ਨੇ ਬਣਾਇਆ ਉਦੋਂ, ਹੈ ਨਾ, ਵਧੀਆ ਗੱਲ ਸੀਗੀ ਉੱਥੇ ਰਹੇ ਆ, ਪਰ ਹੁਣ ਜਦੋਂ ਚੇਂਜ ਹੋ ਗਏ ਹੁਣ ਉੱਧਰ ਵੀ ਕੁਛ ਲੱਗਦਾ ਨਹੀਂ ਵੀ ਕੁਛ ਬਣਨਗੇ। ਪਾਰਟੀ ਸਿਧਾਂਤ ਵੀ ਹੁੰਦੇ ਨੇ, ਚਲੋ ਇੱਕ ਮਤਲਬ ਉਹ ਇੱਕ ਅਲੱਗ ਗੱਲ ਹੋ ਗਈ ਪਾਰਟੀ ਵਾਲੀ, ਪਰ ਜਿਹੜੀ ਹੁਣ ਮਤਲਬ ਪਰਸਨਲੀ ਜੇ ਇੱਕ ਆਪਾਂ ਵਿਅਕਤੀਤਵ ਜਿਹੜਾ ਉਹਨਾਂ ਦਾ ਦੇਖੀਏ, ਤਾਂ ਮਤਲਬ ਉਹਨਾਂ ਦੇ ਮੁਤਾਬਿਕ ਜੋ ਕੰਮ ਪਿਛਲੇ 20-50 ਸਾਲ ਤੋਂ ਆਪਾਂ ਪਟਿਆਲੇ ਵਾਸਤੇ ਸੋਚਦੇ ਹੁੰਦੇ ਸੀਗੇ ਵੀ ਪਾਸਪੋਰਟ ਆਫਿਸ ਹੋਵੇ, ਉਰੇ ਟ੍ਰੇਨ ਸਾਡੀ ਇਲੈਕਟ੍ਰੀਕਲ ਹੋਵੇ ਜਾਂ ਹੋਰ ਵੀ, ਮਤਲਬ ਇਸ ਤਰ੍ਹਾਂ ਦੇ ਕੰਮ ਗਾਂਧੀ ਸਾਹਿਬ ਨੇ ਕਰਕੇ ਦਿਖਾਏ ਨੇ, ਅਤੇ ਉਸ ਬਾਰੇ ਮਤਲਬ ਜੇ ਤੁਹਾਨੂੰ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਕੀ ਤੁਸੀਂ ਗਾਂਧੀ ਸਾਹਿਬ ਨੂੰ ਵੋਟ ਪਾਉਣਾ ਚਾਹੋਗੇ ਫਿਰ ਉਸ ਕੰਮਾਂ ਦੇ? ਉਹਨਾਂ ਕੰਮਾਂ ਦੇ ਅਨੁਸਾਰ ਤਾਂ ਪਾਣੀ ਚਾਹੀਦੀ ਹੈ, ਪਾਣੀ ਮਤਲਬ ਪਾਣੀ ਚਾਹੀਦੀ ਹੈ, ਕੋਈ ਐਸੀ ਗੱਲ ਨਹੀਂ, ਕੰਮ ਵਧੀਆ ਕੀਤੇ ਹੈ, ਕੰਮ ਵਧੀਆ, ਇੱਥੇ ਆਏ ਵੀ ਹੈ ਜੀ, ਅਸੀਂ ਸੁਣਿਆ ਵੀ ਉਹਨਾਂ ਨੂੰ ਮਹੀਨਾ ਪਹਿਲਾਂ ਆਏ ਸੀ ਇੱਥੇ। ਠੀਕ ਹੈ, ਲੋਕ ਸਭਾ ਚੋਣਾਂ ਦਾ ਵਿਹਲ ਵੱਜ ਚੁੱਕਿਆ ਅਤੇ ਦੇਸ਼ ਦੀ ਨਵੀਂ ਸਰਕਾਰ ਬਣਨੀ ਹੈ ਜਾਂ ਪੁਰਾਣੀ ਰਿਪੀਟ ਹੋਣੀ ਹੈ, ਉਸ ਬਾਰੇ ਤੁਸੀਂ ਕੀ ਕਹਿਣਾ? ਸਰਕਾਰਾਂ ਆਏ 5 ਸਾਲ ਬਾਅਦ ਚੇਂਜ ਹੋਈ ਦੀ ਹੈ, 5 ਸਾਲ ਮੈਨੀਫੈਸਟੋ ਸੇਮ ਹੁੰਦੇ ਨੇ ਪਰ ਸਰਕਾਰਾਂ ਕੁਛ ਨਹੀਂ ਕਰਦੀਆਂ, ਇਸ ਕਰਕੇ ਮੈਂ ਨੋਟਾਂ ਦਾ ਯੂਜ਼ ਕਰੂੰਗਾ। ਨੋਟਾਂ ਯੂਜ਼ ਕਰੋਗੇ, ਵੈਰੀ ਗੁੱਡ। ਅਤੇ ਮੋਦੀ ਸਰਕਾਰ ਨੂੰ ਕਿੰਨਾ ਨੰਬਰ ਦੇਣਾ ਚਾਹੋਗੇ? 0 0 ਨੰਬਰ ਦੇਣਾ ਚਾਹੋਗੇ। ਕਿਹੜੇ ਮੁੱਦੇ ਤੁਹਾਨੂੰ ਲੱਗਦਾ ਵੀ ਉਹਨਾਂ ਟੱਚ ਕਰਨੇ ਚਾਹੀਦੇ ਜਿਹੜੇ ਨਹੀਂ ਕਰੇ? ਟੱਚ ਉਹਦਾ ਪੜ੍ਹਾਈ ਦਾ,
ਐਜੂਕੇਸ਼ਨ ਦਾ ਅਤੇ ਉਹਦਾ ਫਿਟਨੈਸ ਦਾ, ਸਰੀਰ ਦੇ ਪੱਖੋਂ ਮੈਡੀਕਲ ਦਾ, ਇਹ ਮੁੱਦੇ ਮੇਨ ਸੀ ਜਿਹੜੇ ਉਹਨਾਂ ਚੱਕੇ ਨਹੀਂ। ਉਹ ਤਾਂ ਸਿਰਫ ਧਰਮ ਦੀ ਰਾਜਨੀਤੀ ਕਰ ਰਹੇ ਸੀ, ਧਰਮ 'ਤੇ ਉਹਨਾਂ ਕੋਲੋਂ ਇੱਕ ਮੁੱਦਾ ਧਰਮ ਤੋਂ ਯਾਦ ਆਇਆ ਆਪਣੇ ਉਰੇ ਕੈਂਡੀਡੇਟ ਨੇ ਧਰਮਵੀਰ ਗਾਂਧੀ ਜੀ, ਹਾਂਜੀ, ਅਤੇ ਉਹ 5 ਸਾਲ ਉਰੇ ਆਪਣੇ ਲੋਕ ਸਭਾ ਦੇ ਵਿੱਚ ਐਮ ਪੀ ਰਹੇ ਨੇ ਅਤੇ ਉਹਨਾਂ ਦੁਆਰਾ ਕੀਤੇ ਹੋਏ ਕੰਮ ਬੋਲਦੇ ਵੀ ਨੇ ਅਤੇ ਉਹ ਆਪ ਵੀ ਦਾਅਵਾ ਕਰਦੇ ਨੇ ਮੈਨੇ ਬਹੁਤ ਵਧੀਆ ਕੰਮ ਕੀਤੇ। ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਕੰਮ ਠੀਕ ਹੈ, ਵਧੀਆ ਕੀਤੇ ਨੇ, ਪਰ ਕੋਈ ਜਗ੍ਹਾ ਉਹਨਾਂ ਦੇ ਕੰਮ ਚੱਲਣ ਨਹੀਂ ਦਿੱਤੇ, ਸਰਕਾਰ ਉਹਨਾਂ ਦੀ ਨਹੀਂ ਸੀ ਤਾਂ ਕਰਕੇ ਉਹਨਾਂ ਨੇ ਇੰਨਾ ਜ਼ੋਰ ਨਹੀਂ ਭਰਿਆ। ਅਤੇ ਉਸ ਤੋਂ ਪਹਿਲਾਂ ਆਪਣੇ ਐਮ ਪੀ ਰਹੇ ਨੇ ਮੈਡਮ ਪਰਨੀਤ ਕੌਰ ਜੀ, ਹਾਂਜੀ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹ ਵੀ ਆਏ ਸ਼ੁਰੂ ਤੋਂ ਹੀ ਬਣਦੇ ਆ ਰਹੇ ਨੇ ਪਟਿਆਲੇ ਤੋਂ, ਕੰਮ ਤੁਹਾਡੇ ਸਾਹਮਣੇ ਪਟਿਆਲੇ ਦਾ ਕਿੰਨਾ ਕੁ ਵਿਕਾਸ ਹੋਇਆ। ਠੀਕ ਹੈ, ਅਤੇ ਪਟਿਆਲਾ ਦੇ ਬਾਅਦ ਵਿੱਚ ਹੀ ਹੁਣ ਸੁਰਜੀਤ ਸਿੰਘ ਰੱਖੜਾ ਜੀ, ਜਿਹਨੇ ਮਤਲਬ ਬਹੁਤ ਜਾਣੀ ਪਹਿਚਾਣੀ ਸ਼ਖਸੀਅਤ ਨੇ, ਉਹ ਵੀ ਹਾਂਜੀ ਉਹ ਐਮ ਪੀ ਇਲੈਕਸ਼ਨ ਲੜ ਰਹੇ ਨੇ ਅਕਾਲੀ ਦਲ ਵੱਲੋਂ, ਹਾਂਜੀ, ਅਤੇ ਤੁਸੀਂ ਮਤਲਬ ਉਹਨਾਂ ਬਾਰੇ ਕੀ ਵਿਚਾਰ ਨੇ ਵੀ ਕੀ ਤੁਹਾਨੂੰ ਲੱਗਦਾ ਵੀ ਉਹ ਕੁਛ ਕਰਨਗੇ? ਉਹ ਜਿੱਤ ਪ੍ਰਾਪਤੀ ਨਹੀਂ ਕਰ ਸਕਦੇ, ਅੱਗੇ ਆਉਣ ਨਹੀਂ ਸਕਦੇ, ਕਿਉਂਕਿ ਉਹਨਾਂ ਪਿੱਛੇ ਜੋ ਉਹਨਾਂ ਇਹ ਅਕਾਲੀ ਦਲ ਨਾਲ ਮੁੱਦਾ ਜੁੜਿਆ ਪ੍ਰਗਾੜੀ ਵਾਲਾ, ਤਾਂ ਕਰਕੇ ਲੋਕਾਂ 'ਚ ਉਹਨਾਂ ਲਈ ਇੰਨਾ ਕਰੇਜ਼ ਨਹੀਂ ਹੈਗਾ। ਅਤੇ ਤੁਸੀਂ ਕੀ ਚਾਹੁੰਦੇ ਹੋ ਮਤਲਬ ਜਿਹੜੀ ਸਰਕਾਰ ਆਵੇ, ਜਿਹੜੀ ਵੀ ਸਰਕਾਰ ਆਵੇ, ਉਹ ਕਿਵੇਂ ਮਤਲਬ ਕਿਸ ਤਰ੍ਹਾਂ ਦੇ ਵਰਕ ਕਰਨੇ ਚਾਹੀਦੇ ਨੇ ਉਹਨਾਂ ਨੂੰ? ਸਭ ਤੋਂ ਪਹਿਲਾਂ ਆਪਣੀ ਬੇਸਿਕ ਨੀਡ ਹੁੰਦੀ ਹੈ ਜੀ, ਆਪਣੀ ਉਹਦੀ ਹੈਲਥ ਦੀ, ਹੈਲਥ ਦੀ ਐਜੂਕੇਸ਼ਨ, ਇਹ ਚੀਜ਼ਾਂ ਪ੍ਰੋਵਾਈਡ ਕਰਨ ਲੋਕਾਂ ਨੂੰ, ਇਹ ਬੇਸਿਕ ਨੀਡ ਨੇ ਆਪਣੇ, ਬਾਕੀ ਚੀਜ਼ਾਂ ਬਾਅਦ 'ਚ ਆਉਣੀ ਚਾਹੀਦੀਆਂ। ਅਤੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਯੂਥ ਨੂੰ ਬਸ ਇਹੀ ਕਹਿਣਾ ਚਾਹੂੰਗਾ ਵੀ ਜਦੋਂ ਵੀ ਵੋਟ ਕਰਨੀ ਹੈ ਆਪਣੀ ਸੋਚ ਸਮਝ ਕੇ ਪਰਖ ਨਾਲ ਵੋਟ ਕਰੋ, ਨਹੀਂ ਵੋਟ ਕਰਨੀ ਨੋਟਾ ਆਪਣੇ ਕੋਲ ਆਪਸ਼ਨ ਹੈ ਕਿ ਨੋਟਾ ਵੀ ਯੂਜ਼ ਕਰ ਸਕਦੇ। ਥੈਂਕ ਯੂ, ਥੈਂਕ ਯੂ। ਸਰ, ਸਰਕਾਰ ਆਪਾਂ ਹੀ ਬਣਾਉਂਦੇ ਹਾਂ, ਖੁਦ ਆਪਾਂ ਹੀ ਚੁਣਦੇ ਹਾਂ ਸਰਕਾਰ ਨੂੰ, ਪਹਿਲੇ ਵੀ ਖੁਦ ਆਪਾਂ ਵੋਟਾਂ ਪਾ ਕੇ ਸਰਕਾਰ ਚੁਣਦੇ ਹਾਂ, ਬਟ ਆਪਾਂ ਜੋ ਉਹਨਾਂ ਤੋਂ ਆਪਾਂ ਆਊਟਪੁੱਟ ਦਿੰਦੇ ਹਾਂ ਉਹਨਾਂ ਦੀ ਆਪਣੇ ਵੱਲ ਓਨੀ ਇਨਪੁੱਟ ਨਹੀਂ ਆਉਂਦੀ। ਆਪਾਂ ਜੋ ਕੁਛ ਚਾਹੁੰਦੇ ਹਾਂ ਆਪਾਂ ਕਹਿੰਦੇ ਹਾਂ ਵੀ ਚਲੋ ਆਪਾਂ ਵੋਟ ਦੇ ਰਹੇ ਹਾਂ ਸਰਕਾਰ ਨੂੰ, ਆਪਣੇ ਕੰਮ ਕਰਨਗੇ, ਆਪਾਂ ਨੂੰ ਪਹਿਲਾਂ ਵੱਡੇ ਵੱਡੇ ਦਾਅਵੇ ਵੀ ਕਰਦੇ ਨੇ ਵੀ ਹਾਂ ਤੁਹਾਡੇ ਕੰਮ ਕਰਾਂਗੇ, ਤੁਸੀਂ ਵੋਟ ਪਾਓ। ਜਿਵੇਂ ਹੁਣ ਕੈਪਟਨ ਪਹਿਲੇ ਬਣਾਇਆ, ਉਹਨਾਂ ਨੇ ਕਿੰਨੇ ਦਾਅਵੇ ਕਰੇ ਕਿ ਪਿੰਡਾਂ ਵਿੱਚ ਕਰੇ ਕਿ ਮੋਬਾਈਲ ਫੋਨ ਦੇਵਾਂਗੇ ਆਪਾਂ, ਠੀਕ ਹੈ, ਪਰ ਉਹਨਾਂ ਨੇ ਕੋਈ ਵੀ ਪੂਰਾ ਨਹੀਂ ਕਰਿਆ। ਠੀਕ ਹੈ, ਸਰਕਾਰ ਉਹ ਹੋਣੀ ਚਾਹੀਦੀ, ਲੀਗਲ ਹੋਏ, ਕੰਮ ਵੀ ਲੋਕਾਂ ਦੇ ਪੂਰੇ ਹੋਣ, ਇੱਦਾਂ ਦੀ ਸਰਕਾਰ ਨਹੀਂ ਹੋਣੀ ਚਾਹੀਦੀ ਕਿ ਆਪਣੇ ਬਸ ਲੋਕਾਂ ਨੂੰ ਇੱਦਾਂ ਹੀ ਵਸਾਈ ਜਾਣ ਗੱਲਾਂ ਨਾਲ ਹੀ। ਸਰਕਾਰ ਉਹ ਹੋਣੀ ਚਾਹੀਦੀ ਜਿਹੜੀ ਸਾਰੇ ਕੰਮ ਵੀ ਕਰੇ ਲੋਕਾਂ। ਅਤੇ ਸੈਂਟਰ ਦੀ ਜਿਹੜੀ ਸਰਕਾਰ ਆ ਆਪਣੀ, ਮੋਦੀ ਸਰਕਾਰ ਹੈ, ਹਾਂਜੀ, ਬੀਜੇਪੀ ਦੀ ਸਰਕਾਰ ਆ, ਅਤੇ ਉਸ ਦੇ ਕਿਤੇ ਕੰਮਾਂ ਬਾਰੇ ਤੁਸੀਂ ਕਿੰਨੇ ਕੁ ਮਤਲਬ ਖੁਸ਼ ਹੋ, ਕੀ ਕਿੰਨੇ ਨੰਬਰ ਦੇਣਾ ਚਾਹੋਗੇ? ਸਰ, ਉਹਨਾਂ ਨੇ ਕੋਈ ਕੰਮ ਪੰਜਾਬ 'ਚ ਤਾਂ ਬਿਲਕੁਲ ਵੀ ਨਹੀਂ ਕਰਿਆ। ਕਿੰਨੇ ਬੇਰੁਜ਼ਗਾਰ ਯੂਨੀਵਰਸਿਟੀ 'ਚ ਦੇਖ ਲਓ ਤੁਸੀਂ, ਕਿੰਨੇ ਸਟੂਡੈਂਟ ਪੜ੍ਹ ਰਹੇ ਨੇ, ਸਭ ਬੇਰੁਜ਼ਗਾਰ ਨੇ, ਉਹਨਾਂ ਨੂੰ ਤਾਂ 0 ਨੰਬਰ ਹੀ ਦੇਣਾ। ਉਹ ਤਾਂ ਕਹਿੰਦੇ ਨੇ ਅਸੀਂ ਘਰ ਘਰ ਟੋਇਲਟ ਬਣਾਏ ਨੇ, ਸਿਲੰਡਰ ਦੇ ਤੇ। ਉਹ ਤਾਂ ਸਰ ਫਿਰ ਇੱਥੇ ਨਹੀਂ ਨਾ, ਪੰਜਾਬ ਦਾ ਉਹਨਾਂ ਨੇ ਕੁਛ ਨਹੀਂ ਕਰਿਆ, ਬਾਹਰ ਗੁਜਰਾਤ, ਬਾਹਰਲੀਆਂ ਸਟੇਟ 'ਚ ਉਹਨਾਂ ਨੇ ਕਰਿਆ ਕੁਛ, ਪਰ ਪੰਜਾਬ 'ਚ ਤਾਂ ਕੁਛ ਵੀ ਨਹੀਂ ਕਰਿਆ ਉਹਨਾਂ ਨੇ। ਅਤੇ ਆਪਣੇ ਮੌਜੂਦਾ ਐਮ ਪੀ ਨੇ ਧਰਮਵੀਰ ਗਾਂਧੀ ਜੀ, ਹਾਂਜੀ, ਦੁਆਰਾ ਵੀ ਉਹ ਇਲੈਕਸ਼ਨ ਵਿੱਚ ਖੜ੍ਹੇ ਨੇ, ਅਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਸਰ, ਇਹ ਤਾਂ ਇਲੈਕਸ਼ਨਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਉਹਨਾਂ ਦੀ ਵੋਟਿੰਗ ਅਤੇ। ਅੱਛਾ ਜੀ, ਹਾਂਜੀ, ਚਲੋ ਠੀਕ ਹੈ। ਦੇਖੋ, ਹਮ ਤਾਂ ਇਹੀ ਬਾਤ ਕਰੇਂਗੇ ਕਿ ਜੋ ਵੀ ਵਿਅਕਤੀ ਆਏਗਾ, ਜੋ ਵੀ ਵਿਅਕਤੀ ਆ ਕੇ ਸਰਕਾਰ ਸੰਭਾਲੇਂਗੇ, ਤੋ ਉਹ ਜਵਾਨੋਂ ਕੇ ਬਾਰੇ ਮੈਂ ਸੋਚੇ, ਜੋ ਆਜ ਕਾ ਯੂਥ ਹੈ, ਜਿਸੇ ਆਜ ਕੇ ਯੂਥ ਮੇਂ ਕਿਆ ਹੈ ਕਿ ਸਰਕਾਰ ਕੇ ਪ੍ਰਤੀ ਉਤਨੀ ਵੋ ਨਹੀਂ ਹੈ, ਜੋ ਹੈ ਮਤਲਬ ਉਨਕੇ ਵਿਸ਼ਵਾਸ ਨਹੀਂ ਰਹਾ ਸਰਕਾਰ ਉਨਕੇ ਉੱਪਰ ਕਿ ਉਹ ਕਿ ਮਤਲਬ ਯੰਗ ਜਨਰੇਸ਼ਨ ਕੇ ਲਈ ਕੁਛ ਕਰੇ। ਤੋ ਹਮਾਰਾ ਸਭਸੇ ਪਹਿਲੀ ਪ੍ਰਾਥਮਿਕਤਾ ਇਹ ਹੈ ਕਿ ਜਿਸਕੋ ਵੀ ਆਪ ਵੋਟ ਦੇ ਆਪਣਾ, ਤੋ ਉਹ ਆਗੇ ਜਾ ਕੇ ਯੂਥ ਕੇ ਲਈ ਕੁਛ ਕਰ ਸਕੇ। ਵਹਾਂ ਪੇ ਆਪਕਾ ਕੈਂਡੀਡੇਟ ਕੌਣ ਹੈ ਵਹਾਂ? ਅਭੀ ਹਮਾਰੀ ਜੋ ਸੀਟ ਸੇ ਹੈ ਵੋ ਹੈ
PMO ऑफिस में भी रहे डॉक्टर जितेंद्र सिंह जी, हाँ वो उठे हुए हैं। ओके हाँ, तो आप सेंटर की जो गवर्नमेंट अपनी मोदी सरकार है जी, उसके बारे में कुछ कहना चाहेंगे क्या आप उनको, मतलब कैसा लगा आपको उसका कार्यकाल? देखो कार्यकाल तो अभी तो 5-6 साल हुए उनको, ठीक है, बाकी अच्छा रहा, मतलब उनका कार्यकाल हम लोग अच्छा ख़राब भी नहीं बोल सकते हैं, क्योंकि अभी जो उन्होंने जो बुनियादें जो शुरू की हुई हैं, अब उनका असल में जो रंग निकलना है वो तो अब थोड़ी देर बाद निकलेगा, जो नतीजे आने हैं। कुछ चीज़ें मतलब उनके अपोजिट भी गई हैं, जैसे उन्होंने जो अभी GST वगैरह या नोटबंदी वगैरह की थी, तो उससे लोग काफ़ी लोग मतलब खफा भी हैं, ठीक है, और कई सारे लोग उसके लिए मतलब ठीक हैं कि अच्छा मतलब फैसला लिया। ये है कि एक जुनून वाला फैसला है, लीडर वाला फैसला है। कई सारे जैसे अभी उन्होंने जो पाकिस्तान ने हमारे GNK में जो स्ट्राइक किया था, है ना, हमला किया था, तो उसके अपोजिट जो उन्होंने एक जुनून दिखाया कि वहाँ पर भी जाके उन्होंने काफ़ी सारी एयर स्ट्राइक्स की, तो उसके लिए भी मतलब काफ़ी तारीफ हो रही होगी। हाँ, बाकी देखिए आप जो यंग जनरेशन जिसको ले जाना चाहेंगे उसको ले जा सकते हैं। आप एज यूथ होने के, जैसे आप जवान हो, पढ़ रहे हो जी, तो जैसे मोदी गवर्नमेंट ने किया था 2 करोड़ पर ईयर जॉब्स का, तो अभी वो पकौड़े तलवा रहे हैं, कभी वो चौकीदार बना रहे हैं, तो उसके लिए आप क्या करें? देखो वो आज के समय में अगर हम लोग बोलेंगे या गवर्नमेंट जॉब के लिए कोई व्यक्ति सोचेगा कि गवर्नमेंट जॉब है, तो आज की जनरेशन, यंग जनरेशन इतनी है, कंपटीशन इतना बढ़ चुका है कि गवर्नमेंट जॉब हम लोग मतलब नहीं सोच सकते गवर्नमेंट जॉब के लिए, हर व्यक्ति को गवर्नमेंट जॉब मिले। तो उसके अलावा जैसे कई सारी स्कीम्स हैं, जैसे प्राइवेट सेक्टर्स हैं, या खुद अपना पर्सनली कोई व्यक्ति मतलब कुछ करना चाहता है ना, सेल्फ, जैसे आजकल एंटरप्रेन्योरशिप के लिए कई सारे प्रोग्राम्स हो रहे हैं कि वो खुद अपना कुछ बिजनेस शुरू कर सकता है, उसके लिए काफ़ी सारे जैसे हेल्प भी मिल रही है आज सरकार की तरफ से, तो उसमें भी यूथ, मैं चाहता हूँ कि जो यंग जनरेशन है वो उसमें भी आगे आए। हम लोग सिर्फ मतलब सरकारी नौकरी के मतलब उसी के भरोसे ना रहें कि सिर्फ हमें सरकारी नौकरी मिले, खुद भी मतलब अपने सेल्फ स्टैंड पे, अपने खुद स्टैंड पे भी लोग जो यंग जनरेशन है वो आगे आएँ, ताकि वो मतलब खुद अपना भी कोई बिज़नेस शुरू कर सके। कई सारी चीज़ें हैं उनके अंदर जो स्किल्स हैं उसके हिसाब से वो आगे जा सकते हैं बच्चे यंग जनरेशन में। पंजाब सुधारन पर लगी हुई है, रहा कोई भी मसला गया, कोई भी काम आ हौली 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 सैट आऊगा, कहते पंजाब पहले ही बहुत गलिया, नशे ने गल था, अज भी नशा बहुत चल रहा। ਸੰਗਰੂਰ 'ਚ ਤੁਹਾਡੇ ਭਗਵੰਤ ਮਾਨ ਜੀ ਨੇ, ਅਕਾਲੀ ਔਰ ਕਾਂਗਰਸ ਨੇ ਅਜੇ ਕੋਈ ਕੈਂਡੀਡੇਟ ਉਤਾਰੇ ਨਹੀਂ ਹੈ, ਇੱਕ ਜੱਸੀ ਜਸਰਾਜ ਜੀ ਆਏ ਨੇ ਖਹਿਰਾ ਸਾਹਿਬ ਵੱਲੋਂ, ਅਤੇ ਕੀ ਮਤਲਬ ਤੁਸੀਂ ਕਹਿਣਾ ਚਾਹੋਗੇ ਸੰਗਰੂਰ ਦੀ ਰਾਜਨੀਤੀ ਬਾਰੇ MP ਇਲੈਕਸ਼ਨ ਵਾਸਤੇ? ਦੇਖੋ ਬੰਦਾ ਵਧੀਆ ਹੋਣਾ ਚਾਹੀਦਾ ਜਿਹਦੇ ਅੰਦਰ ਮੋਹ ਮਮਤਾ ਹੋਵੇ ਲੋਕਾਂ ਪ੍ਰਤੀ, ਆਪਣੇ ਘਰ ਤਾਂ ਦੁਨੀਆ ਭਰ ਲੈਂਦੀ ਹੈ, ਜਿੰਨੇ ਹੁਣ ਤੱਕ ਲੀਡਰ ਆਏ ਨੇ ਸਭ ਨੇ ਆਪਣੇ ਆਪਣੇ ਘਰ ਭਰੇ, ਕਿਸੇ ਨੇ ਸਰਕਾਰ ਜਨਤਾ ਬਾਰੇ ਕਿਸੇ ਨੇ ਸੋਚਿਆ? ਅਤੇ ਭਗਵੰਤ ਮਾਨ ਜੀ ਨੇ ਵੀ ਘਰ ਭਰਿਆ ਜੀ? ਨਹੀਂ, ਭਗਵੰਤ ਮਾਨ ਨੇ ਕੰਮ ਸੁਣਨ ਦੇ ਵਿੱਚ ਆਇਆ ਵੀ ਬਹੁਤ ਵਧੀਆ ਕੰਮ ਕਰਿਆ, ਵੀ ਇਹੋ ਜਿਹੀ ਗੱਲ ਨਹੀਂ, ਜਦੋਂ ਵੀ ਕਦੋਂ ਕਿਸੇ ਪਿੰਡ ਜਾਂਦੇ ਹਾਂ ਤਾਂ ਉੱਥੇ ਵਧੀਆ ਰਿਸਪੋਂਸ ਮਿਲਦਾ, ਕੋਈ ਗਲਤ ਨਹੀਂ ਹੋਇਆ ਉਹਨਾਂ ਨੇ। ਅਤੇ ਪਟਿਆਲਾ ਲੋਕ ਸਭਾ ਵਿੱਚ ਖੜ੍ਹੇ ਹੋ ਤੁਸੀਂ, ਪਟਿਆਲਾ ਯੂਨੀਵਰਸਿਟੀ ਵਿੱਚ, ਅਤੇ ਪਟਿਆਲਾ ਦੀ ਸੀਟ ਬਾਰੇ ਵੀ ਤੁਹਾਨੂੰ ਪਤਾ ਹੋਏਗਾ, ਅਤੇ ਉੱਥੇ ਧਰਮਵੀਰ ਗਾਂਧੀ ਜੀ, ਮਹਾਰਾਣੀ ਪਰਨੀਤ ਕੌਰ ਜੀ ਅਤੇ ਸਰਦਾਰ ਸੁਰੀਰ ਸਿੰਘ ਰੱਕੜਾ ਜੀ ਨੇ, ਅਤੇ ਤੁਸੀਂ ਮਤਲਬ ਕੀ ਚਾਹੁੰਦੇ ਹੋ ਕਿ ਕੈਸਾ ਮੁਕਾਬਲਾ ਇਹ, ਅਤੇ ਕੌਣ ਤੁਹਾਨੂੰ ਲੱਗਦਾ ਵੀ ਵਧੀਆ ਕੈਂਡੀਡੇਟ ਹੈ? ਕੈਂਡੀਡੇਟ ਤਿੰਨੇ ਹੀ ਵਧੀਆ ਨੇ, ਜਿਵੇਂ ਚੋਟੀ ਦੇ ਪਲੇਅਰ ਕਹਿ ਰਹੇ ਨੇ ਉਹ ਚੀਜ਼ਾਂ ਨੇ ਤਿੰਨੇ। ਅਤੇ ਕੰਮਾਂ ਪ੍ਰਤੀ? ਕੰਮਾਂ ਪ੍ਰਤੀ ਵੀ ਵਧੀਆ ਨੇ, ਦੇਖੋ ਹੁਣ ਬਾਕੀ ਪਟਿਆਲੇ ਦੇ ਲੋਕ ਨੇ ਹੁਣ ਕਿਹਦੇ ਹੱਕ 'ਚ ਜਾਂਦੇ ਨੇ, ਵਧੀਆ ਗੱਲ ਆ, ਉਹਨੂੰ ਵੋਟਾਂ ਪਾਉਣ ਦਿੱਤਾ ਉਹ ਜਿਹਨੂੰ ਜਿੱਦ ਮਾਣ ਆ ਵੀ ਕੰਮ ਹੋ ਦਿੱਤਾ।